ਉਹ ਸੁਖਬੀਰ ਸਿੰਘ ਬਾਦਲ ਸੀ ਤੇ ਉਹਨੂੰ ਫਾਹੇ ਲਾਉਣਾ ਚਾਹੀਦਾ। ਮਾਫ ਕਰਨਾ ਮੇਰਾ ਸ਼ਬਦ, ਫਾਹੇ ਨੂੰ ਵੱਖਰਾ ਨਾ ਲਿਆ ਜਾਵੇ, ਮੈਂ ਗੱਲ ਕਰਦਾ ਕਿ ਇਹਨੂੰ ਵੱਡੀ ਸਜ਼ਾ ਦੇਣੀ ਚਾਹੀਦੀ। ਤਾਂ ਉਸ ਤੋਂ ਬਾਅਦ ਅਕਾਲ ਤਖਤ ਸਾਹਿਬ ਨੇ ਉਹ ਤੇ ਤੁਰੰਤ ਐਕਸ਼ਨ ਲਿਆ ਤੇ ਐਕਸ਼ਨ ਲੈ ਕੇ ਸੁਖਬੀਰ ਸਿੰਘ ਬਾਦਲ ਨੂੰ ਕਿਹਾ ਕਿ 15 ਦਿਨਾਂ ਦੇ ਅੰਦਰ ਆਪਦਾ ਆ ਕੇ ਸਪਸ਼ਟੀਕਰਨ ਦਿਓ। ਉਹਨੇ 15 ਦਿਨਾਂ ਤੋਂ ਪਹਿਲਾਂ ਪਹਿਲਾਂ ਹੀ ਸ਼ਾਇਦ ਆਪਣਾ ਜਿਹੜਾ ਸਪਸ਼ਟੀਕਰਨ ਦਿੱਤਾ ਤੇ ਉਹਦਾ ਦੇ ਸਪਸ਼ਟੀਕਰਨ ਦੇਣ ਤੇ ਇੱਕ ਸ਼ਬਦ ਉਹਨੇ ਵਰਤਿਆ ਕਿ ਮਤਲਬ ਪੂਰਨ ਸਮਰਪਣ ਕੀਤਾ। ਸੁਖਬੀਰ ਸਿੰਘ ਬਾਦਲ ਨੇ ਪੂਰਨ ਸਮਰਪਣ ਕੀਤਾ, ਅਕਾਲ ਤਖਤ ਦਾ ਸਤਿਕਾਰ ਕੀਤਾ, ਗਲ 'ਚ ਪਰਨਾ ਪਾ ਕੇ ਉਹਨੇ ਕਿਹਾ ਕਿ ਮੈਂ ਕੋਈ ਦਲੀਲ ਨਹੀਂ ਕਰਨੀ, ਕੋਈ ਅਪੀਲ ਨਹੀਂ ਕਰਨੀ, ਕੋਈ ਜਾਣੇ ਅਣਜਾਣੇ ਦਾ ਸ਼ਬਦ ਨਹੀਂ ਵਰਤਣਾ। ਉਹ ਕਹਿੰਦਾ ਸਰਕਾਰ ਦੇ ਵਿੱਚ ਜੋ ਕੁਛ ਵੀ ਵਾਪਰਿਆ ਉਹ ਇਹ ਭਾਵੇਂ ਦੂਜੇ ਭਰਾਵਾਂ ਨੇ ਕਿਹਾ ਕਿ ਸਾਥ ਦਿੱਤਾ, ਉਹ ਕਹਿੰਦਾ ਜੋ ਕੁਛ ਹੈਗਾ ਮੈਂ ਆਪਦੀ ਝੋਲੀ ਪਵਾਉਣਾ। ਗੱਲ ਬਹੁਤ ਵੱਡੀ ਸੀ ਵੀ ਅਕਾਲ ਤਖਤ ਜੋ ਮਰਜ਼ੀ ਮੈਨੂੰ ਸਜ਼ਾ ਲਾਵੇ ਤੇ ਮੈਂ ਮੰਨ ਲਓ ਤੁਹਾਡੇ ਮੈਂ ਅਕਾਲ ਤਖਤ ਸਾਹਿਬ ਨੂੰ ਸਮਰਪਣ। ਉਹ ਉਦੋਂ ਬਾਅਦ ਅਕਾਲ ਤਖਤ ਸਾਹਿਬ ਨੇ ਉਹਨੂੰ ਤਨਖਾਹੀਆ ਦੇ ਦਿੱਤਾ ਤੇ ਤਨਖਾਹੀਆ ਦੇਣ ਤੋਂ ਬਾਅਦ ਉਹ ਆਪਦੀਆਂ ਸਿਆਸੀ ਰੁਝੇਵਿਆਂ ਨੂੰ ਬੰਦ ਕਰਕੇ ਬੜੇ ਵੱਡੇ, ਦੇਖੋ ਪਾਰਟੀਆਂ ਕੋਈ ਵੀ ਹੁੰਦੀਆਂ ਤੇ ਸਿਆਸੀ ਰੁਝੇਵੇਂ ਬੜੇ ਜ਼ਰੂਰੀ ਹੁੰਦੇ ਆ, ਜੇ ਲੀਡਰ ਹੀ ਘਰੇ ਬੈਠ ਜਾਵੇ ਆਪਣੇ ਆਪ ਨੂੰ ਸਿਆਸੀ ਰੁਝੇਵੇਂ ਬੰਦ ਕਰਕੇ ਆਪਣੀ ਥਾਂ ਦੇ ਉੱਤੇ ਬਲਵਿੰਦਰ ਸਿੰਘ ਭੌਂਦੜ ਨੂੰ ਐਕਟਿੰਗ ਪ੍ਰਧਾਨ ਉਹਨਾਂ ਨੇ ਬਣਾਤਾ। ਉਹ ਆਪਦੀਆਂ ਸਿਆਸੀ ਸਰਗਰਮੀਆਂ ਠੱਪ ਕਰਕੇ ਆਪਣੇ ਘਰੇ ਬੈਠੇ ਆ ਤੇ ਇੱਕ ਵੀ ਉਲਾਂਭਾ ਨਹੀਂ ਦਿੱਤਾ ਅਕਾਲ ਤਖਤ ਸਾਹਿਬ ਨੂੰ ਜਾਂ ਬਾਕੀ ਜਹਦਰ ਸਾਹਿਬਾਨ ਨੂੰ ਕਿ ਤੁਸੀਂ ਮੈਨੂੰ ਇੱਦਾਂ ਕਰਤਾ, ਤੁਸੀਂ ਉੱਦਾਂ ਕਰਤਾ। ਬੜੇ ਲੋਕਾਂ ਨੇ ਆਪਸ ਵਿੱਚ ਕਾਨਾਫੂਸੀ ਕੀਤੀ, ਇਹ ਬਣਦੀ ਨਹੀਂ ਸਜ਼ਾ, ਕਿਵੇਂ ਬਣਦੀ ਆ, ਵਿਧੀ ਵਿਧਾਨ ਮੁਤਾਬਕ ਕੀ ਆ, ਬਹੁਤ ਕੁਛ ਹੋਇਆ। ਪਰ ਨਾ ਅਕਾਲੀ ਦਲ ਨੇ ਨਾ ਸੁਖਬੀਰ ਸਿੰਘ ਬਾਦਲ ਨੇ ਇਹ ਗੱਲ ਕਹੀ ਕਿ ਮੈਨੂੰ ਜਿਹੜੀ ਤੁਸੀਂ ਸਜ਼ਾ ਸੁਣਾਈ ਆ ਇਹ ਬਣਦੀ ਆ ਜਾਂ ਨਹੀਂ ਬਣ। ਅੱਜ ਬੜੀ ਵੱਡੀ ਇੱਕ ਚਰਚਾ ਚੱਲ ਰਹੀ ਆ, ਭਾਵੇਂ ਕਈ ਦਿਨਾਂ ਤੋਂ ਚੱਲ ਰਹੀਆਂ ਨੇ, ਪੰਥ ਦੀਆਂ ਤਾਂ ਚਰਚਾਵਾਂ ਚੱਲਦੀਆਂ ਰਹਿੰਦੀਆਂ ਨੇ, ਪਰ ਅਕਾਲ ਤਖਤ ਸਾਹਿਬ ਤੇ ਚਿੱਠੀਆਂ ਦੇ ਦੌਰ ਦੀਆਂ ਕਾਫੀ ਵੱਡੀਆਂ ਚਰਚਾਵਾਂ ਨੇ। ਮੈਂ ਇੱਥੇ ਮੀਟਿੰਗ ਆਪਣੀ ਕਾਨਫਰੰਸ ਪ੍ਰੈਸ ਮਿਲਣੀ ਸ਼ੁਰੂ ਹੋਣ ਤੋਂ ਪਹਿਲਾਂ ਪੰਜਾਬੀ 'ਚ ਗੱਲ ਕਹਿੰਦੇ ਹਾਂ ਕਿ ਮੇਰਾ ਨਿੱਜੀ ਤੌਰ 'ਤੇ ਬੀਬੀ ਜਗੀਰ ਕੌਰ ਦੇ ਮਸਲੇ ਦਾ ਕੋਈ ਇਸ਼ੂ ਨਹੀਂ ਹੈ। ਚਿੱਠੀ ਕਿਹਨੇ ਪਾਈ ਆ, ਉਹਦਾ ਕੀ ਜਵਾਬ ਦੇਣਾ ਹੈ ਅਤੇ ਕੀ ਉਹਨੂੰ ਸਜ਼ਾ ਲੱਗਣੀ ਆ, ਮੇਰਾ ਇਹ ਵਿਸ਼ਾ ਨਹੀਂ ਹੈ। ਪਰ ਮੈਂ ਇਹ ਗੱਲ ਕਰਨੀ ਚਾਹੁੰਦਾ ਕਿ ਅੱਜ ਦੇ ਸਮੇਂ ਦੇ ਵਿੱਚ ਇਹ ਚਿੱਠੀਆਂ ਦਾ ਦੌਰ ਕਿੱਥੋਂ ਸ਼ੁਰੂ ਹੋਇਆ। ਵੈਸੇ ਤਾਂ ਕੋਈ ਪੰਥਕ ਮਸਲਾ ਆਉਂਦਾ, ਕੋਈ ਵੀ ਕਿਸੇ ਨੂੰ ਆਉਂਦਾ ਅਤੇ ਉਹ ਜਿਹੜਾ ਅਕਾਲ ਤਖਤ ਸਾਹਿਬ ਤੇ ਪਹੁੰਚਦਾ ਅਤੇ ਉੱਥੇ ਆਪਣੀ ਸ਼ਿਕਾਇਤ ਵੀ ਦਿੰਦਾ ਅਤੇ ਉਦੋਂ ਫੋਟੋ ਕਰਾ ਕੇ ਉਸ ਤੋਂ ਫਾਰਗ ਹੋ ਜਾਂਦਾ ਕਿ ਮੈਂ ਆਪਣਾ ਕੰਮ ਕਰਤਾ ਅਤੇ ਹੁਣ ਜਿਹੜਾ ਅਕਾਲ ਤਖਤ ਸਾਹਿਬ ਕਰੇ। ਅਸੀਂ ਬਹੁਤ ਵੱਡੀ ਆਸ ਤਾਂ ਕਰਦੇ ਹਾਂ ਪਰ ਓਨਾ ਵੱਡਾ ਸਾਥ ਨਹੀਂ ਦਿੰਦੇ ਜਿਹੜੀ ਗੱਲ ਆਮ ਆਵਾਮ ਦੇ ਅੰਦਰ ਚਰਚਾ। ਹੁਣ ਇਹ ਇੱਕ ਦੌਰ ਚੱਲਿਆ, ਇੱਕ ਚਿੱਠੀ ਆਈ, ਅਕਾਲੀ ਦਲ ਤੋਂ ਲਾਂਭੇ ਹੋਏ ਜਿਹੜੇ ਵੱਡੇ ਲੀਡਰ ਸੀ ਉਹਨਾਂ ਨੇ ਇੱਕ ਚਿੱਠੀ ਪਾਈ, ਉਹਦੇ 'ਚ ਉਹਨਾਂ ਨੇ ਲਿਖਿਆ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਬਹੁਤ ਲੰਬੇ ਸਮਿਆਂ ਤੋਂ 8-10 ਇਲੈਕਸ਼ਨਾਂ ਲੜੀਆਂ, ਪਰ ਹੁਣ ਜਦੋਂ ਸਾਰਾ ਕੁਛ ਬਿਲਕੁਲ ਜਿਵੇਂ ਕਹਿੰਦੇ ਹੁੰਦੇ ਨਾ ਵੀ ਬੜਾ ਉਤਰਾਅ 'ਚ ਆ ਗਿਆ ਅਕਾਲੀ ਦਲ, ਅਤੇ ਹੁਣ ਸਾਨੂੰ ਇਸ ਗੱਲ ਦੀ ਸੋਝੀ ਵੀ ਆਈ ਆ ਅਤੇ ਸਾਡੀ ਜ਼ਮੀਰ ਵੀ ਜਾਗੀ ਆ। ਅਸੀਂ ਉਦੋਂ ਸਰਕਾਰਾਂ ਦੇ ਵੀ ਨਾਲ ਰਹੇ ਕਿਉਂਕਿ ਲੋਕਾਂ ਨੇ ਸਵਾਲ ਕਰਨੇ ਸੀ, ਸਰਕਾਰਾਂ ਦੇ ਵੀ ਨਾਲ ਰਹੇ ਅਤੇ ਪਰ ਅਸੀਂ ਸਾਰਾ ਕੁਝ ਦੇਖਿਆ, ਅਸੀਂ ਬੋਲ ਨਹੀਂ ਸਕੇ। ਅੱਜ ਅਸੀਂ ਬੋਲ ਰਹੇ ਹਾਂ ਵੀ ਅਸੀਂ ਉਸ ਸਮੇਂ ਦੇ ਵਿੱਚ ਜਿਹੜੀਆਂ ਕ੍ਰਿਤੀਆਂ ਹੋਈਆਂ ਸਰਕਾਰਾਂ ਵੇਲੇ ਜੋ ਮਾੜੇ ਕਹਿ ਲਓ ਵੀ ਪੰਥਕ ਜਜ਼ਬਿਆਂ ਦੇ ਖਿਲਾਫ, ਸੰਘ ਦੀਆਂ ਭਾਵਨਾਵਾਂ ਦੇ ਖਿਲਾਫ ਜਿਹੜੇ ਫੈਸਲੇ ਹੋਏ ਉਹਦੇ ਵਿੱਚ ਅਸੀਂ ਸ਼ਾਮਿਲ ਸੀਗੇ, ਪਰ ਅੱਜ ਅਸੀਂ ਇਹ ਕਹਿੰਦੇ ਹਾਂ ਕਿ ਅਸੀਂ ਉਦੋਂ ਸ਼ਾਮਿਲ ਸੀ ਪਰ ਸਾਡਾ ਜਿਹੜਾ ਸਭ ਤੋਂ ਵੱਡਾ ਮੁਖੀ ਆ ਜਿਹੜਾ ਉਹ ਸੁਖਬੀਰ ਸਿੰਘ ਬਾਦਲ ਸੀ ਅਤੇ ਉਹਨੂੰ ਫਾਹੇ ਲਾਉਣਾ ਚਾਹੀਦਾ। ਮਾਫ ਕਰਨਾ ਮੇਰਾ ਸ਼ਬਦ, ਫਾਹੇ ਨੂੰ ਵੱਖਰਾ ਨਾ ਲਿਆ ਜਾਵੇ, ਮੈਂ ਗੱਲ ਕਰਦਾ ਕਿ ਇਹਨੂੰ ਵੱਡੀ ਸਜ਼ਾ ਦੇਣੀ ਚਾਹੀਦੀ।
ਤਾਂ ਉਸ ਤੋਂ ਬਾਅਦ ਅਕਾਲ ਤਖਤ ਸਾਹਿਬ ਨੇ ਉਹ ਤੇ ਤੁਰੰਤ ਐਕਸ਼ਨ ਲਿਆ ਤੇ ਐਕਸ਼ਨ ਲੈ ਕੇ ਸੁਖਬੀਰ ਸਿੰਘ ਬਾਦਲ ਨੂੰ ਕਿਹਾ ਕਿ 15 ਦਿਨਾਂ ਦੇ ਅੰਦਰ ਆਪਦਾ ਆ ਕੇ ਸਪਸ਼ਟੀਕਰਨ ਦਿਓ। ਉਹਨੇ 15 ਦਿਨਾਂ ਤੋਂ ਪਹਿਲਾਂ ਪਹਿਲਾਂ ਹੀ ਸ਼ਾਇਦ ਆਪਣਾ ਜਿਹੜਾ ਸਪਸ਼ਟੀਕਰਨ ਦਿੱਤਾ ਤੇ ਉਹਦਾ ਦੇ ਸਪਸ਼ਟੀਕਰਨ ਦੇਣ ਤੇ ਇੱਕ ਸ਼ਬਦ ਉਹਨੇ ਵਰਤਿਆ ਕਿ ਮਤਲਬ ਪੂਰਨ ਸਮਰਪਣ ਕੀਤਾ। ਸੁਖਬੀਰ ਸਿੰਘ ਬਾਦਲ ਨੇ ਪੂਰਨ ਸਮਰਪਣ ਕੀਤਾ, ਅਕਾਲ ਤਖ਼ਤ ਦਾ ਸਤਿਕਾਰ ਕੀਤਾ, ਗਲ 'ਚ ਪਰਨਾ ਪਾ ਕੇ ਉਹਨੇ ਕਿਹਾ ਕਿ ਮੈਂ ਕੋਈ ਦਲੀਲ ਨਹੀਂ ਕਰਨੀ, ਕੋਈ ਅਪੀਲ ਨਹੀਂ ਕਰਨੀ, ਕੋਈ ਜਾਣੇ ਅਣਜਾਣੇ ਦਾ ਸ਼ਬਦ ਨਹੀਂ ਵਰਤਣਾ। ਉਹ ਕਹਿੰਦਾ ਸਰਕਾਰ ਦੇ ਵਿੱਚ ਜੋ ਕੁਛ ਵੀ ਵਾਪਰਿਆ ਉਹ ਇਹ ਭਾਵੇਂ ਦੂਜੇ ਭਰਾਵਾਂ ਨੇ ਕਿਹਾ ਕਿ ਸਾਥ ਦਿੱਤਾ, ਉਹ ਕਹਿੰਦਾ ਜੋ ਕੁਛ ਹੈਗਾ ਮੈਂ ਆਪਦੀ ਝੋਲੀ ਪਵਾਉਣਾ। ਗੱਲ ਬਹੁਤ ਵੱਡੀ ਸੀ ਵੀ ਅਕਾਲ ਤਖ਼ਤ ਜੋ ਮਰਜ਼ੀ ਮੈਨੂੰ ਸਜ਼ਾ ਲਾਵੇ ਤੇ ਮੈਂ ਮੰਨ ਲਓ ਤੁਹਾਡੇ ਮੈਂ ਅਕਾਲ ਤਖ਼ਤ ਸਾਹਿਬ ਨੂੰ ਸਮਰਪਣ। ਉਹ ਉਦੋਂ ਬਾਅਦ ਅਕਾਲ ਤਖ਼ਤ ਸਾਹਿਬ ਨੇ ਉਹਨੂੰ ਤਨਖਾਹੀਆ ਦੇ ਦਿੱਤਾ ਤੇ ਤਨਖਾਹੀਆ ਦੇਣ ਤੋਂ ਬਾਅਦ ਉਹ ਆਪਦੀਆਂ ਸਿਆਸੀ ਰੁਝੇਵਿਆਂ ਨੂੰ ਬੰਦ ਕਰਕੇ ਬੜੇ ਵੱਡੇ ਦੇਖੋ ਪਾਰਟੀਆਂ ਕੋਈ ਵੀ ਹੁੰਦੀਆਂ ਹੁੰਦੀਆਂ ਸਿਆਸੀ ਰੁਝੇਵੇਂ ਬੜੇ ਜ਼ਰੂਰੀ ਹੁੰਦੇ ਆ ਜੇ ਲੀਡਰ ਹੀ ਘਰੇ ਬੈਠ ਜਾਵੇ, ਆਪਣੇ ਆਪ ਨੂੰ ਸਿਆਸੀ ਰੁਝੇਵੇਂ ਬੰਦ ਕਰਕੇ ਆਪਣੀ ਥਾਂ ਦੇ ਉੱਤੇ ਬਲਵਿੰਦਰ ਸਿੰਘ ਭੌਂਦੜ ਨੂੰ ਐਕਟਿੰਗ ਪ੍ਰਧਾਨ ਉਹਨਾਂ ਨੇ ਬਣਾ ਤਾ। ਉਹ ਆਪਦੀਆਂ ਸਿਆਸੀ ਸਰਗਰਮੀਆਂ ਠੱਪ ਕਰਕੇ ਆਪਣੇ ਘਰੇ ਬੈਠੇ ਆ ਤੇ ਇੱਕ ਵੀ ਲਾਂਭਾ ਨਹੀਂ ਦਿੱਤਾ ਅਕਾਲ ਤਖ਼ਤ ਸਾਹਿਬ ਨੂੰ ਜਾਂ ਬਾਕੀ ਜਹਦਰ ਸਾਹਿਬਾਨ ਨੂੰ ਕਿ ਤੁਸੀਂ ਮੈਨੂੰ ਇੱਦਾਂ ਕਰਤਾ, ਤੁਸੀਂ ਉੱਦਾਂ ਕਰਤਾ। ਬੜੇ ਲੋਕਾਂ ਨੇ ਆਪਸ ਵਿੱਚ ਕਾਨਾਫੂਸੀ ਕੀਤੀ, ਇਹ ਬਣਦੀ ਨਹੀਂ ਸਜ਼ਾ, ਇਹ ਕਿਵੇਂ ਬਣਦੀ ਆ, ਵਿਧੀ ਵਿਧਾਨ ਮੁਤਾਬਕ ਕੀ ਆ, ਬਹੁਤ ਕੁਛ ਹੋਇਆ। ਪਰ ਨਾ ਅਕਾਲੀ ਦਲ ਨੇ ਨਾ ਸੁਖਬੀਰ ਸਿੰਘ ਬਾਦਲ ਨੇ ਇਹ ਗੱਲ ਕਹੀ ਕਿ ਮੈਨੂੰ ਜਿਹੜੀ ਤੁਸੀਂ ਸਜ਼ਾ ਸੁਣਾਈ ਆ ਇਹ ਬਣਦੀ ਆ ਜਾਂ ਨਹੀਂ ਬਣ। ਉਹਨੇ ਆਖਿਆ ਮੈਂ ਅਕਾਲ ਤਖ਼ਤ ਨੂੰ ਸਮਰਪਿਤ ਆ ਤੇ ਬਹੁਤ ਵਧੀਆ ਗੱਲ ਹੋਈ। ਜਿਹੜੇ ਲੋਕ ਜਿਹੜੇ ਆ ਉਹ ਸ਼ਿਕਾਇਤ ਲੈ ਕੇ ਗਏ ਸੀ ਤੇ ਦੂਜੇ ਆਮ ਆਵਾਮ ਸੰਗਤ ਜਿਹੜੀ ਆ ਉਹਨਾਂ ਨੇ ਕਿਹਾ ਕਿ ਜਥੇਦਾਰ ਸਾਹਿਬ ਦਾ ਫੈਸਲਾ ਬਹੁਤ ਚੰਗਾ ਤੇ ਪ੍ਰਵਾਨਤ ਆ ਤੇ ਸ਼ਲਾਘਾ ਹੋਈ, ਬੜੇ ਦੌਰ ਚੱਲੇ, ਬਿਆਨਬਾਜ਼ੀ ਆਈ, ਬਾਈਟਾਂ ਆਈਆਂ, ਸਾਰਿਆਂ ਨੇ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ। ਚੰਗੀ ਗੱਲ ਸੀ ਕਿਉਂਕਿ ਜਥੇਦਾਰਾਂ ਨੇ ਜਿਹੜਾ ਫੈਸਲਾ ਲਿਆ ਉਹ ਇੱਕ ਚੰਗਾ ਫੈਸਲਾ ਸੀ। ਮੈਂ ਇਹ ਗੱਲ ਕਹੂੰਗਾ ਕਿ ਜਥੇਦਾਰ ਕੋਈ ਵੀ ਫੈਸਲਾ ਲੈਣ ਉਹ ਚੰਗਾ ਹੀ ਹੁੰਦਾ। ਤੋ ਇਸ ਕਰਕੇ ਇਹ ਗੱਲ ਠੀਕ ਹੋਈ। ਉਦੋਂ ਬਾਅਦ ਇੱਕ ਵਹਿਮ ਪੈਦਾ ਹੋ ਗਿਆ ਕਿ ਜਥੇਦਾਰ ਸਜ਼ਾ ਘੱਟ ਨਾ ਲਾ ਦੇਣ, ਸਜ਼ਾ ਵੱਧ ਨਾ ਲਾ ਦੇਣ। ਮੈਂ ਚਿੱਠੀਆਂ ਦੇ ਦੌਰ ਦੀ ਗੱਲ ਕਰਦਾ ਤੇ ਫਿਰ ਬਿਆਨ ਦੇਣੇ ਸ਼ੁਰੂ ਹੋਏ ਕਿ ਜਥੇਦਾਰ ਸਾਹਿਬ ਵੇਖਿਓ ਕਿਤੇ ਅਕਾਲ ਤਖ਼ਤ ਸਾਹਿਬ ਦਾ ਜਿਹੜਾ ਸਨਮਾਨ ਆ ਉਹ ਕਿਤੇ ਡੇਗ ਨਾ ਦਿਓ ਤੇ ਫਲਾਨਾ ਨਾ ਕਰ ਦਿਓ। ਇਹਦੀਆਂ ਚਿੱਠੀਆਂ ਦਾ ਇੱਕ ਦੌਰ ਚੱਲਿਆ, ਅੱਜ ਤੂੰ ਜਾ ਪਰਸੋਂ ਮੈਂ ਜਾਊਂ ਚੌਥੇ ਫਲਾਨਾ ਜਾਏਗਾ, ਇਹ ਇੱਕ ਦੌਰ ਚੱਲਿਆ ਕਿ ਜਥੇਦਾਰ ਸਾਹਿਬ ਤੁਸੀਂ ਵੇਖਿਓ ਕਿਤੇ ਇੱਦਾਂ ਨਾ ਕਰ ਦਿਓ। ਤੋ ਇਹ ਵੀ ਇੱਕ ਮਾੜੀ ਗੱਲ ਹੋਈ ਕਿਉਂਕਿ ਜਥੇਦਾਰ ਸਾਹਿਬ ਤੇ ਇਤਬਾਰ ਨਹੀਂ ਕੀਤਾ ਜਿਹਨਾਂ ਨੂੰ ਸਾਨੂੰ ਸਗੋਂ ਤੇ ਕਰਨਾ ਚਾਹੀਦਾ ਸੀ। ਤੇ ਹੁਣ ਇੱਕ ਚਿੱਠੀ ਆਈ, ਇਹਨਾਂ ਚਿੱਠੀਆਂ ਦੇ ਦੌਰਾਂ ਵਿੱਚ ਅਕਾਲੀ ਆਗੂ ਇੱਕ ਦੂਜੇ ਦੇ ਖਿਲਾਫ ਬਹੁਤ ਕੁਛ ਦਿੱਤਿਆ, ਕਿਸੇ ਨੇ ਬਲਵਿੰਦਰ ਸਿੰਘ ਭੌਂਦੜ ਦੇ ਖਿਲਾਫ ਦਿੱਤਾ, ਕਿਸੇ ਨੇ ਰਖੜਾ ਸਾਹਿਬ ਦੇ ਖਿਲਾਫ ਦਿੱਤਾ, ਕਿਸੇ ਨੇ ਚੰਦੂ ਮਾਜਰਾ ਦੇ ਖਿਲਾਫ ਦਿੱਤਾ। ਤੇ ਇਸ ਚਿੱਠੀ ਦੇ ਦੌਰਾਨ ਇੱਕ ਬੀਬੀ ਜਗੀਰ ਕੌਰ ਦੇ ਖਿਲਾਫ ਵੀ ਇੱਕ ਚਿੱਠੀ ਆ ਗਈ। ਤੋ ਉਹ ਚਿੱਠੀ ਆਉਣ ਤੋਂ ਬਾਅਦ ਇਹ ਮੈਨੂੰ ਬੜੀ ਹੈਰਾਨੀ ਹੋਈ ਕਿ ਜਿਹਨੂੰ ਇਹ ਨੋਟਿਸ ਜਾਰੀ ਕੀਤਾ ਗਿਆ, ਬੀਬੀ ਜਗੀਰ ਕੌਰ ਜੀ ਜਿਹੜੇ ਮੇਰੇ ਬੜੇ ਸਤਿਕਾਰਯੋਗ ਆ, ਉਹਨਾਂ ਦੀ ਅਗਵਾਈ 'ਚ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਉਹਨਾਂ ਦੇ ਹੋਣ ਦੇ ਨਾਤੇ ਮੈਂ ਉਹਨਾਂ ਦੇ ਮੈਂਬਰ ਹੋ ਕੇ ਮੈਂ ਕੰਮ ਕੀਤੇ ਆ, ਬਹੁਤ ਕੁਛ ਆ ਅਕਾਲੀ ਦਲ ਦੇ ਵਿੱਚ, ਬਹੁਤ ਲੰਬਾ ਸਮਾਂ ਰਹੇ, ਬੜਾ ਉਹਨਾਂ ਨੇ ਹੰਢਾਇਆ ਵੀ ਆ। ਬੀਬੀ ਜੀ ਕਹਿੰਦੇ ਆ ਕਿ ਮੈਂ ਅਕਾਲ ਤਖ਼ਤ ਸਾਹਿਬ ਤੇ ਜਾ ਰਹੀ ਹਾਂ ਤੇ ਐਵੇਂ ਜਿਹੜੇ ਵਿਰੋਧੀ ਵਾਲੇ ਆ ਇਹ ਜਿਹੜਾ ਕੁਛ ਐਵੇਂ ਝੱਖ ਮਾਰਦੇ ਆ, ਸ਼ਬਦ ਇਹੋ ਜਿਹਾ ਕੋਈ ਵਰਤਿਆ ਉਹਨਾਂ ਨੇ, ਤੇ ਮੈਂ ਅਕਾਲ ਤਖ਼ਤ ਸਾਹਿਬ ਤੇ ਜਾ ਰਹੀ ਹਾਂ, ਵੇਖੋ ਉਹਨਾਂ ਦਾ ਬੜਾ ਸਤਿਕਾਰ ਆ, ਮੈਂ ਤਾਂ ਕਰਦਾ। ਤੇ ਉਹਨਾਂ ਦੀ ਗੱਲ ਨੂੰ ਉਲੱਦ ਕੇ ਸਾਡੇ ਕਈ ਬੜੇ ਸੀਨੀਅਰ ਅਕਾਲੀ ਆਗੂ ਜਿਨ੍ਹਾਂ ਨੂੰ ਅਸੀਂ ਸਮਝਦੇ ਹਾਂ ਕਿ ਪੰਥ ਦੀ ਵੱਡੀ ਮਤਲਬ ਉਹ ਹੈ, ਵੱਡੇ ਹਿੱਤ 'ਚ ਕੰਮ ਕਰਦੇ ਆ, ਮੈਂ ਸਾਰਿਆਂ ਦੇ ਜਿਹੜੇ ਉਹਨਾਂ ਦੇ ਜਿਹੜੇ ਮੁਖੀਆ ਨੇ ਵਡਾਲਾ ਸਾਹਿਬ
ਮੈਂ ਵਡਾਲਾ ਸਾਹਿਬ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਆ ਤੇ ਉਹਦੇ 'ਚ ਬੜੀ ਗੱਲ ਬੜੀ ਨੁਕਤਾ ਬੜੇ ਬੜੇ ਨੁਕਤੇ ਬਣਾ ਕੇ ਗੱਲ ਕਰ ਰਿਹਾ, ਵੇਖੋ ਜੀ ਇਹ ਇੱਦਾਂ ਨਹੀਂ ਹੋਣਾ ਚਾਹੀਦਾ, ਇੱਦਾਂ ਨਹੀਂ ਹੋਣਾ ਚਾਹੀਦਾ, ਇੱਕ ਔਰਤ ਆ ਇੱਕ ਇੱਦਾਂ ਵਾ, ਤੇ ਉਹ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਚੁਣੌਤੀ ਦੇ ਰਿਹਾ। ਮਤਲਬ ਮੈਨੂੰ ਚੁਣੌਤੀ ਕਹਿ ਦਾਂਗੇ ਨਾ ਵੀ ਤੁਸੀਂ ਫੈਸਲਾ ਗਲਤ ਕੀਤਾ ਜੀ, ਇਹ ਚਿੱਠੀ ਕਿਉਂ ਦੇਤੀ, ਜਦੋਂ ਕਿ ਮੈਂ ਪਹਿਲਾਂ ਹੀ ਕਹਿਤਾ ਕਿ ਮੈਂ ਨਹੀਂ ਇਸ ਗੱਲ 'ਚ ਪੈਣਾ ਚਾਹੁੰਦਾ ਕਿ ਉਹਨੂੰ ਕਿਹਨੇ ਉਹਦੀ ਸ਼ਿਕਾਇਤ ਦਿੱਤੀ ਅਤੇ ਕੀ ਉਹ ਸ਼ਿਕਾਇਤ ਦਾ ਹੋਣਾ, ਮੇਰੇ ਲਈ ਸਤਿਕਾਰਯੋਗ ਆ। ਇਹ ਗੱਲ ਬਹੁਤ ਮਾੜੀ ਹੈ, ਮੈਨੂੰ ਅੱਜ ਮੇਰੇ ਮਨ ਦੇ ਅੰਦਰ ਇੱਕ ਇੱਕ ਦੁੱਖ ਲੱਗ ਰਿਹਾ ਕਿ ਇੱਕ ਪਾਸੇ ਤਾਂ ਅਕਾਲੀ ਦਲ ਦਾ ਜਿਹੜਾ ਪ੍ਰਧਾਨ ਆ ਸੁਖਬੀਰ ਸਿੰਘ ਬਾਦਲ, ਜਿਹਦੇ ਨਾਲ ਇਹ ਸਾਰੇ ਲੋਕ ਸ਼ਾਮਿਲ ਸੀ ਅਤੇ ਸਾਰੇ ਫੈਸਲਿਆਂ ਦੇ ਵਿੱਚ ਸ਼ਾਮਿਲ ਰਹੇ, ਤਸਵੀਰਾਂ ਵੀ ਨੇ ਅਤੇ ਜ਼ਿਕਰ ਵੀ ਨਾ ਅਤੇ ਅਖਬਾਰੀ ਖਬਰਾਂ ਵੀ ਨੇ, ਉਸ ਤੋਂ ਇਲਾਵਾ ਵੀ ਬਹੁਤ ਵੱਡੇ ਦੂਸ਼ਣ ਕਈ ਤਰ੍ਹਾਂ ਦੇ ਹੋਣਗੇ, ਆਪਾਂ ਅੱਜ ਇਹਨੂੰ ਇਸ ਗੱਲ 'ਚ ਨਹੀਂ ਲੈਣਾ। ਉਹ ਤਾਂ ਹੱਥ ਬੰਨ੍ਹ ਕੇ ਸਬਰ ਕਰਕੇ ਆਪਣੇ ਘਰੇ ਅਕਾਲ ਤਖ਼ਤ ਸਾਹਿਬ ਦੇ ਸਤਿਕਾਰ ਮਾਣ ਮਰਿਆਦਾ 'ਚ ਬੈਠਾ, ਨਾਲ ਉਹਦਾ ਸਮੁੱਚਾ ਅਕਾਲੀ ਦਲ ਇਸ ਗੱਲ ਨੂੰ ਹੱਥ ਜੋੜ ਕੇ ਖੜਾ ਕਿ ਅਕਾਲ ਤਖ਼ਤ ਸਾਹਿਬ ਕਦੋਂ ਸਾਨੂੰ ਸੱਦੇ, ਕੀ ਸਜ਼ਾ ਦਿੰਦੇ ਆ ਕੀ ਨਹੀਂ ਦਿੰਦੇ, ਵੱਖਰੀ ਗੱਲ ਆ ਸਮਰਪਣ। ਅਤੇ ਦੂਜੇ ਪਾਸੇ ਜੇ ਇੱਕ ਸ਼ਿਕਾਇਤ ਚਲੀ ਗਈ ਅਤੇ ਇੱਕ ਚਿੱਠੀ ਜਾਰੀ ਕਰਤੀ ਅਕਾਲ ਤਖ਼ਤ ਸਾਹਿਬ ਨੇ, ਅਤੇ ਉਹਦੇ ਬਾਰੇ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਕੀਤੀਆਂ ਜਾ ਰਹੀਆਂ। ਬੜੀ ਇਹ ਹੈਰਾਨੀ ਦੀ ਗੱਲ ਹੋਈ ਮੈਨੂੰ ਇਸ ਗੱਲ ਦੀ ਕਿ ਜਿਹੜੀਆਂ ਚਿੱਠੀਆਂ ਜਿਹੜੀ ਚਿੱਠੀ ਦੇ ਵਿੱਚ ਦੋਸ਼ ਲਾਏ ਗਏ ਆ ਉਹ ਦੋਸ਼ਾਂ ਨੂੰ ਮੰਨ ਵੀ ਰਹੇ ਆ, ਉਹ ਮੀਡੀਆ ਦੇ ਸਾਹਮਣੇ ਕਹਿੰਦੇ ਆ ਜੀ ਜਿਹੜੇ ਦੋਸ਼ ਲਾਏ ਉਹ ਠੀਕ ਆ, ਉਹ ਕਿਸੇ ਨਾ ਕਿਸੇ ਢੰਗ ਨਾਲ ਵਿੰਗੇ ਟੇਢੇ ਢੰਗ ਨਾਲ ਉਹਨਾਂ ਨੂੰ ਠੀਕ ਕਹਿੰਦੇ ਆ, ਮੈਂ ਨਹੀਂ ਪੈਂਦਾ ਇਸ ਗੱਲ 'ਚ। ਪਰ ਇਹ ਵਡਾਲਾ ਸਾਹਿਬ ਤੁਸੀਂ ਹੀ ਇਹ ਗੱਲ ਸ਼ੁਰੂ ਕੀਤੀ, ਤੁਸੀਂ ਜਥੇਦਾਰ ਸਾਹਿਬ ਨੂੰ ਜੈ ਜੈਕਾਰ ਕੀਤੀ, ਤੁਸੀਂ ਉਹਨਾਂ ਦਾ ਸਨਮਾਨ ਕੀਤਾ, ਤੁਸੀਂ ਉਹਨਾਂ ਦਾ ਮਾਣ ਕੀਤਾ, ਅਤੇ ਅੱਜ ਇਹ ਗੱਲ ਕਿੰਨੀ ਗਾ ਜਿੰਨੀ ਗੱਲ ਨੂੰ ਤੁਸੀਂ ਉਠਾ ਰਹੇ ਹੋ। ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜਿਨ ਜਥੇਦਾਰ ਜਿਹੜੇ ਨੇ ਅਕਾਲ ਤਖ਼ਤ ਸਾਹਿਬ ਦੇ ਉਹ ਸਾਡੇ ਲਈ ਸਤਿਕਾਰਯੋਗ ਹੈ। ਜੇ ਅਸੀਂ ਇਹਨਾਂ ਮੁੱਦਿਆਂ ਨੂੰ ਉਠਾ ਕੇ ਜਥੇਦਾਰਾਂ ਨੂੰ ਕਿਨਾ ਸਿੰਘ ਸਾਹਿਬਾਨ ਜੀ ਨੂੰ ਅਖਬਾਰਾਂ ਦੇ ਵਿੱਚ ਅਤੇ ਮੀਡੀਆ ਦੇ ਵਿੱਚ ਪ੍ਰੈਸ ਕਾਨਫਰੰਸਾਂ ਕਰਕੇ ਉਹਨਾਂ ਦਾ ਮਜ਼ਾਕ ਉਡਾਵਾਂਗੇ, ਉਹਨਾਂ ਦੀ ਕੀਤੀ ਗੱਲ ਨੂੰ ਤੁਸੀਂ ਚੁਣੌਤੀ ਦਿਓਗੇ, ਉਸ ਗੱਲ ਦਾ ਡਟਵਾਂ ਵਿਰੋਧ ਕਰੋਗੇ, ਅਤੇ ਮੈਨੂੰ ਲੱਗਦਾ ਕਿ ਆਪਾਂ ਸਾਰੇ ਰਲ ਕੇ ਨਿਆਂ ਨਹੀਂ ਕਰ ਰਹੇ। ਅਸੀਂ ਲੋੜ ਪੈਣ 'ਤੇ ਆਪਦੇ ਮੁਤਾਬਕ ਤਾਂ ਆਪਦੀ, ਦੇਖੋ ਇਹ ਗੱਲ ਕਹੀ ਜਾ ਰਹੀ ਆ ਕਹਿੰਦੇ ਜੀ ਰਾਜਨੀਤੀ ਦੇ ਪ੍ਰਭਾਵ 'ਚ ਆ, ਅਤੇ ਮੈਨੂੰ ਦੱਸੋ ਕਿ ਜੇ ਜਥੇਦਾਰ ਰਾਜਨੀਤੀ ਦੇ ਪ੍ਰਭਾਵ 'ਚ ਹੁੰਦੇ ਅਤੇ ਕਹਿੰਦੇ ਅਕਾਲੀ ਦਲ ਦੇ ਪ੍ਰਭਾਵ 'ਚ ਆ ਤਾਂ ਫਿਰ ਉਹ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆਂ ਨਾ ਦਿੰਦੇ, ਅਤੇ ਬਾਕੀ ਵੀ ਸਾਰੇ ਜਿਨ੍ਹਾਂ ਨੇ ਕਿਹਾ ਜਿਨ੍ਹਾਂ ਨੇ ਚਿੱਠੀ ਦਿੱਤੀ ਆ ਉਹਨਾਂ ਨੇ ਇਹੀ ਕਿਹਾ ਨਾ ਕਿ ਅਸੀਂ ਸਾਰੇ ਉਸ ਸਾਰੇ ਕੰਮ ਕਾਜ ਦੇ ਵਿੱਚ ਭਾਈਵਾਲ ਸੀ ਅਤੇ ਉਹਨਾਂ ਨੂੰ ਨਾ ਦਿੱਤਾ ਬਰਾਬਰ। ਅਤੇ ਫਿਰ ਮੈਂ ਤਾਂ ਇਹ ਕਹਿੰਦਾ ਜੇ ਇਹ ਗੱਲ ਆ ਤਾਂ ਜੈਦਰ ਸਾਹਿਬ ਉਹਨਾਂ ਨੂੰ ਤੁਸੀਂ ਸਦਾ ਦਿਓ ਕਿ ਉਹਨਾਂ ਲੋਕਾਂ ਨੇ ਕਿਹਾ ਵੀ ਅਸੀਂ ਤਾਂ ਸਾਰੇ ਗੱਲ ਸ਼ਾਮਿਲ ਆ, ਉਹਨਾਂ ਨੇ ਮੰਨ ਚੁੱਕੇ ਚਿੱਠੀ ਦੇ ਦਿੱਤੀ ਆ ਸਾਈਨ ਕਰਤੇ ਆ, ਅਤੇ ਇਸ ਗੱਲ ਨੂੰ ਅਸੀਂ ਜਦੋਂ ਸਾਡੀ ਕਿਸੇ ਗੱਲ 'ਤੇ ਕੋਈ ਗੱਲ ਆਉਂਦੀ ਆ ਤਾਂ ਫਿਰ ਅਸੀਂ ਉਹਨੂੰ ਰਾਜਨੀਤੀ ਦੇ ਪ੍ਰਭਾਵ ਦੀ ਗੱਲ ਕਰ ਦਿੰਦੇ ਆ। ਜਦੋਂ ਜਥੇਦਾਰ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆਂ ਦਿੰਦੇ ਆ ਉਦੋਂ ਕੋਈ ਰਾਜਨੀਤੀ ਦਾ ਪ੍ਰਭਾਵ ਨਹੀਂ ਦਿਖਾਈ ਦਿੰਦਾ। ਸੋ ਇਹ ਗੱਲ ਕਰਕੇ ਮੈਂ ਹੱਥ ਜੋੜ ਕੇ ਇੱਕ ਨਿਮਾਣਾ ਸੇਵਕ ਹੋਣ ਦੇ ਨਾਤੇ ਬੇਨਤੀ ਕਰਦਾ, ਤੁਸੀਂ ਲੋਕ ਜਿਹੜੇ ਆ ਤੁਹਾਡਾ ਜੀਵਨ ਤੁਹਾਡੀ ਸੰਸਥਾ ਦੇ ਤੌਰ 'ਤੇ ਬਹੁਤ ਸਾਰੇ ਹੋਰ ਵੀ ਲੋਕ ਨੇ ਜਿਹੜੇ ਕਿ ਅਸੀਂ ਧਰਮ ਦੇ ਤੌਰ 'ਤੇ ਰਾਜਨੀਤੀ ਦੇ ਨਾਲ ਸ਼ਾਮਿਲ ਹਾਂ ਅਤੇ ਉਸ ਧਰਮ 'ਤੇ ਰਾਜਨੀਤੀ ਦਾ ਪ੍ਰਤੀਕ ਆ ਅਕਾਲ ਤਖ਼ਤ ਸਾਹਿਬ, ਅਕਾਲ ਤਖ਼ਤ ਸਾਹਿਬ ਦੇ ਬੈਠੇ ਜਥੇਦਾਰ ਸਾਡੇ ਲਈ ਸਨਮਾਨ ਅਤੇ ਸਤਿਕਾਰਯੋਗ ਆ। ਸੋ ਮੈਂ ਬੇਨਤੀ ਕਰਦਾ ਹੱਥ ਬੰਨ੍ਹ ਕੇ ਕਿ ਆਪਾਂ ਇਹੋ ਜਿਹੇ ਮਾਮਲਿਆਂ ਦੇ ਵਿੱਚ ਆਪਣੇ ਆਪ ਦੇ ਵਿੱਚ ਜਾਬਤਾ ਰੱਖੀਏ, ਆਪਣੇ ਆਪ ਦੇ ਵਿੱਚ ਇੱਕ 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 ਲੀਕ ਮਾਰ ਕੇ ਰੱਖੀਏ, ਇੱਕ ਇੱਕ ਰਾਮਕਾਰ ਰੱਖੀਏ। ਜਥੇਦਾਰ ਸਾਹਿਬ ਨੂੰ ਮਿਲ ਕੇ ਤੁਸੀਂ ਇਹ ਗੱਲ ਕਹਿ ਸਕਦੇ ਹੋ, ਪਰ ਤੁਸੀਂ ਇਹ ਗੱਲਾਂ ਕਰਕੇ ਤੁਸੀਂ ਜਥੇਦਾਰ ਸਾਹਿਬ ਦੀ ਕਿਹੜੀ ਸ਼ੋਭਾ ਵਧਾ ਰਹੇ ਹੋ ਜਾਂ ਜਥੇਦਾਰ ਸਾਹਿਬ ਨੂੰ ਕਿਹੜੀ ਮਜ਼ਬੂਤੀ ਦੇ ਰਹੇ ਹੋ। ਸੋ ਇਸ ਕਰਕੇ ਮੈਂ ਅੱਜ ਇੱਕ ਮੇਰੇ ਮਨ ਦਾ ਵਲਵਲਾ ਸੀ ਕਿ ਜਥੇਦਾਰ ਸਾਹਿਬ ਅਤੇ ਜਥੇਦਾਰ ਸਾਹਿਬ ਨੂੰ ਅਰਜ਼ੀਆਂ ਦੇਣ ਵਾਲੇ ਉਹਨਾਂ ਦੇ ਫੈਸਲਿਆਂ ਦਾ
ਸਨਮਾਨ ਕਰਨ ਵਾਲੇ ਅੱਜ ਜਦੋਂ ਉਹਨਾਂ ਤੇ ਟਿੱਪਣੀ ਕਰਦੇ ਆ ਤੇ ਇਹ ਗੱਲ ਸ਼ੋਭਾ ਨਹੀਂ ਦਿੰਦੀ। ਮੈਂ ਤਾਂ ਹੱਥ ਬੰਨ ਕੇ ਮਸ਼ਵਰਾ ਦੇ ਸਕਦਾ ਤੁਹਾਡੀ ਕੋਈ ਮੈਨੂੰ, ਮੈਂ ਕਿਉਂਕਿ ਤੁਹਾਡਾ ਮੈਂ ਸਭ ਦਾ ਸਤਿਕਾਰ ਕਰਦਾ ਸਿੱਖ ਹੋਣ ਦੇ ਨਾਤੇ, ਤਾਂ ਇਹ ਗੱਲਾਂ ਜਿਹੜੀਆਂ ਚੰਗੀਆਂ ਨਹੀਂ ਹੈਗੀਆਂ। ਅਸੀਂ ਇਸ ਤੋਂ ਆਪਣੇ ਆਪ ਨੂੰ ਬਚਾ ਕੇ ਰੱਖੀਏ ਤਾਂ ਕਿ ਜਿਹੜੀ ਸਾਡੀ ਸਿਆਸਤ ਆ ਉਹ ਧਰਮ ਦੇ ਅਧੀਨ ਰਾਜਨੀਤੀ ਨੂੰ ਲੈ ਕੇ ਚੱਲ ਸਕੀਏ। ਇਹ ਫੈਸਲਾ ਜਹਦਰ ਸਾਹਿਬ ਆਉਣ ਵਾਲੇ ਦਿਨਾਂ ਵਿੱਚ ਕੀ ਕਰਦੇ ਨੇ, ਕਦੋਂ ਕਰਦੇ ਨੇ, ਮੈਨੂੰ ਨਹੀਂ ਇਸ ਗੱਲ ਦਾ ਪਤਾ, ਪਰ ਸਾਨੂੰ ਸਾਰੀਆਂ ਇਹਨਾਂ ਗੱਲਾਂ ਤੋਂ ਬਚਣਾ ਚਾਹੀਦਾ। ਕੰਗਣਾ ਰਣੌਤ ਆਪਣੀ ਬਿਆਨਬਾਜ਼ੀ ਕਰਕੇ ਅਕਸਰ ਚਰਚਾ 'ਚ ਰਹਿੰਦੀ ਹੈ, ਅੱਜ ਉਹਦੇ ਵੱਲੋਂ ਫਿਰ ਇੰਸਟਾਗ੍ਰਾਮ 'ਤੇ ਇੱਕ ਪੋਸਟ ਪਾਈ ਗਈ ਹੈ ਗਾਂਧੀ ਜਯੰਤੀ ਦੇ ਮੌਕੇ 'ਤੇ ਔਰ ਮਹਾਤਮਾ ਗਾਂਧੀ ਦੇ ਉੱਤੇ ਟਿੱਪਣੀ ਕੀਤੀ ਗਈ। ਦੇਖੋ ਜੀ, ਕੰਗਣਾ ਨੇ ਤਾਂ ਸੁਣੀ ਸੁਣਾਈ ਗੱਲ ਕੀਤੀ ਆ। ਇਹ ਜਿਹੜਾ ਸਿੱਖ ਆਵਾਮ ਹੈ ਉਹ ਅੱਜ ਦਾ ਨਹੀਂ ਕਹਿੰਦਾ, ਇਹ ਤਾਂ ਬਹੁਤ ਦੇਰ ਪਹਿਲਾਂ ਦਾ ਕਹਿੰਦਾ ਕਿ ਸਾਡੇ ਜਦੋਂ ਅਸੀਂ ਪੁੱਛਦੇ ਹਾਂ ਕਿ ਤੁਹਾਡਾ ਪਿਤਾ ਕੌਣ ਹੈ, ਤਾਂ ਅਸੀਂ ਦੱਸਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਸਾਡੇ ਪਿਤਾ ਨੇ, ਅਤੇ ਸਾਡੀ ਮਾਤਾ ਸਾਹਿਬ ਕੌਰ, ਅਤੇ ਵਾਸੀ ਅਨੰਦਪੁਰ ਸਾਹਿਬ, ਅਤੇ ਗਾਂਧੀ ਸਿੱਖਾਂ ਵਾਸਤੇ ਕਿੱਥੋਂ ਆ ਗਿਆ। ਦੂਜੀ ਗੱਲ, ਗਾਂਧੀ ਨਾਲ ਤਾਂ ਸਾਡਾ ਰਾਂਝੀ ਬਹੁਤ ਵੱਡਾ, ਏਡਾ ਵੱਡਾ ਝੂਠ ਬੋਲਿਆ ਗਾਂਧੀ ਨੇ ਉਸ ਸੀਸਗੰਜ ਸਾਹਿਬ ਵਿਖੇ, ਕਹਿੰਦੇ ਵੀ ਜੇ ਸਿੱਖਾਂ ਨੂੰ ਨਾਲ ਸਾਡੇ ਚੱਲਣਾ ਚਾਹੀਦਾ, ਜੇ ਸਿੱਖਾਂ ਦੇ ਬੋਲਬਾਲੇ ਜਿਹੜਾ ਅਸੀਂ ਖਿੱਤਾ ਦੇਵਾਂਗੇ ਉਹਦੇ 'ਚ ਨਾ ਹੋਏ ਤਾਂ ਇਹ ਤਲਵਾਰ ਦੇ ਨਾਲ ਆਪਦੇ ਹੱਕ ਲੈ ਸਕਦੇ ਆ, ਅਤੇ ਗਾਂਧੀ ਭੱਜ ਗਿਆ। ਅਤੇ ਬਾਕੀ ਤਾਂ ਗੱਲਾਂ ਸੁਣਦੇ ਹੀ ਆਪਾਂ, ਵੱਡੇ ਜਿਹੜੇ ਫਾਂਸੀਆਂ 'ਤੇ ਚੜ੍ਹੇ ਲੋਕ ਉਹਨਾਂ ਦੇ ਲਈ ਮੌਨ ਵੀ ਧਾਰਿਆ, ਬਹੁਤ ਕੁਛ ਕੀਤਾ। ਸੋ ਕੰਗਣਾ ਤਾਂ ਵਿਚਾਰੀ ਅੱਜ ਕਹਿੰਦੀ ਆ ਪਤਾ ਨਹੀਂ ਕੀ ਉਹਨੇ ਕਹਿਣਾ, ਪਰ ਸਿੱਖਾਂ ਦੇ ਲਈ ਗਾਂਧੀ ਜਿਹੜਾ ਵਾ ਉਹ ਇੱਕ ਝੂਠਾ ਲੀਡਰ ਆ ਜਿਹਦੇ ਲਈ ਸਾਡੇ ਮਨ 'ਚ ਕੋਈ ਸਤਿਕਾਰ ਨਹੀਂ ਹੈ। ਦੇਖੋ ਜੀ, ਬੜੀ ਬੜੀ ਮਾੜੀ ਗੱਲ ਆ, ਇੰਨਾ ਵੱਡਾ ਅਫਸੋਸ ਹੈ ਕਿ ਇਹਦਾ ਵਿਰੋਧ ਕਰਨ ਨੂੰ ਵੀ ਹੁਣ ਜੀਅ ਨਹੀਂ ਕਰਦਾ, ਕਿਉਂਕਿ ਜਦੋਂ ਇੰਨਾ ਬੀਜੇਪੀ ਵੱਲੋਂ ਏਡੇ ਵੱਡੇ ਪੱਧਰ ਦੇ ਉੱਤੇ ਉਹਦਾ ਸਮਰਥਨ ਕੀਤਾ ਜਾਵੇ, ਅਤੇ ਸਾਡਾ ਚੋਣ ਕਮਿਸ਼ਨ ਜਿਹਨੂੰ ਅਸੀਂ ਨਿਰਪੱਖ ਕਹਿੰਦੇ ਹਾਂ, ਨਿਰਪੱਖ ਚੋਣਾਂ ਕਰਾਏਗਾ, ਅਤੇ ਚੋਣ ਕਮਿਸ਼ਨ ਨਹੀਂ ਇਸ ਗੱਲ ਲਈ ਬੈਂਡ ਬਾਜਾ ਲੈ ਕੇ ਮੂਹਰੇ ਜਾਵੜੇ ਸਨਾਰੀਆ ਜੇਲ੍ਹ ਦੇ ਮੂਹਰੇ ਕਿ ਹਾਂ ਉਹ ਬਾਬਾ ਜੀ ਅਸੀਂ ਤੁਹਾਨੂੰ ਬਾਹਰ ਲੈ ਕੇ ਆਉਂਦੇ ਹਾਂ, ਅਤੇ ਫਿਰ ਕੀ ਕਰੇਗਾ ਇੱਥੋਂ ਦਾ ਦੇਸ਼ ਦਾ ਲੋਕਤੰਤਰ ਅਤੇ ਕਾਨੂੰਨ ਕੀ ਕਰੇਗਾ। ਇਸ ਸਮੇਂ 'ਚ ਕਾਨੂੰਨ ਦੀ ਜਿਹੜੀ ਆ ਫਲੈਕਸੀਬਿਲਟੀ ਬੀਜੇਪੀ ਨੇ ਏਡੀ ਵੱਡੀ ਕਰ ਦਿੱਤੀ ਆ, ਜਿਹਦੇ ਨਾਲ ਮੈਂ ਸਮਝਦਾ ਕਿ ਸਾਡੇ ਲੋਕ ਜਿਹੜੇ ਆ ਸ਼ਰਮਿੰਦਾ ਹੋ ਗਏ। ਅਸੀਂ ਬਾਹਰ ਕਿਸੇ ਨੂੰ ਕੀ ਕਵਾਂਗੇ। ਹੋਰ ਵੀ ਸਿਆਸੀ ਪਾਰਟੀਆਂ ਨੇ ਗੱਲ ਕਹੀ ਆ ਕਿ ਹਿੰਦੁਸਤਾਨ ਦੇ ਵਿੱਚ ਕੋਈ ਇੱਕ ਬੰਦਾ ਦਿਖਾ ਦਿਓ, ਇੱਕ ਕੇਸ ਦਿਖਾ ਦਿਓ ਜਿਹਨੂੰ ਇਸ ਇੰਨੇ ਸਾਲਾਂ ਦੇ ਵਿੱਚ 11ਵੀਂ ਵਾਰ ਪਰੋਲ 'ਤੇ ਜਾਂ ਜਿਹੜੀ ਫਰਲੋ ਮਿਲੀ ਹੋਵੇ। ਸੋ ਇਹ ਹੈ ਤਾਂ ਸਿਰਫ ਅਤੇ ਸਿਰਫ ਜਿਵੇਂ ਮੋਦੀ ਹੈ ਤਾਂ ਮੁਮਕਿਨ ਹੈ, ਬੀਜੇਪੀ ਹੈ ਤਾਂ ਮੁਮਕਿਨ ਹੈ, ਇਹ ਸਾਰਾ ਕੁਛ ਕੀਤਾ ਗਿਆ, ਪਰ ਸਮਾਜ ਦੇ ਅੰਦਰ ਬਹੁਤ ਵੱਡਾ ਰੋਸ ਹੈ। 5 ਤਰੀਕ ਨੂੰ ਜਿਹੜਾ ਸਿੱਖ ਆਵਾਮ ਹੈ ਅਤੇ ਮਾਨਵਤਾ ਦੇ ਭਲੇ ਲਈ, ਮਨੁੱਖੀ ਹੱਕਾਂ ਲਈ ਗੱਲ ਕਰਨ ਵਾਲੇ ਲੋਕ ਜਿਹੜੇ ਆ ਇਹ ਬਹੁਤ ਵੱਡਾ ਫਤਵਾ ਦੇਣਗੇ, ਜਿਹਦੀ ਗੂੰਜ ਜਿਹੜੀ ਆ ਇਹਨਾਂ ਨੂੰ, ਜਿਹੜੇ ਇਹਨਾਂ ਦੇ ਅੰਦਰ ਇੱਕ ਹੰਕਾਰ ਅਤੇ ਇਹਨਾਂ ਦੇ ਅੰਦਰ ਜਿਹੜਾ ਸਿੱਖਾਂ ਦੇ ਪ੍ਰਤੀ ਨਫ਼ਰਤ ਆ ਉਸ ਨੂੰ ਜਿਹੜੀ ਆ ਏਡੇ ਵੱਡੇ ਪੱਧਰ 'ਤੇ ਜਗਾਏਗੀ ਕਿ ਜ਼ਿੰਦਗੀ ਭਰ ਇਹ ਯਾਦ ਰੱਖਣਗੇ।